ਰਜਿੰਦਰਾ ਹਸਪੀਟਲ ਦੇ ਵਿੱਚ ਆਉਣ ਲੱਗਿਆ ਵੀ ਮੂੰਹ ਤੇ ਮਾਸਕ ਨਹੀਂ ਪਾਏ ਹੁੰਦੇ, ਸੈਨੇਟਾਈਜ਼ਰ ਦੀ ਵਰਤੋਂ ਨਹੀਂ ਕਰ ਰਹੇ, ਹੱਥ ਨਹੀਂ ਧੋ ਰਹੇ, ਮੂੰਹ ਦੇ ਉੱਤੇ ਲਗਾਤਾਰ ਹੱਥ ਲਾਈ ਜਾ ਰਹੇ ਨੇ, ਇੰਨਾ ਕੁ ਕੈਜੂਅਲ ਐਟੀਟਿਊਡ ਹੋ ਚੁੱਕਿਆ ਕਿ ਉਹਨਾਂ ਨੂੰ ਹੁਣ ਇੰਜ ਲੱਗ ਰਿਹਾ ਕਿ ਕੋਈ ਗੱਲ ਨਹੀਂ, ਸਾਨੂੰ ਥੋੜਾ ਹੋਣਾ, ਜਦ ਦੇਸੀ ਨਹੀਂ ਰਹੀ ਚੀਜ਼ ਤਾਂ ਸਾਨੂੰ ਹੋਣੀ ਹੋਈ ਨਹੀਂ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਹ ਮਾਮਲੇ ਅਜੇ ਅਗਸਤ ਵਿੱਚ ਹੋਰ ਇਨਕਰੀਜ਼ ਹੋਣੇ ਨੇ, ਜੋ ਕਿ 71% ਇਨਕਰੀਜ਼ ਦਾ ਮਤਲਬ ਸਮਝ ਲਓ ਕਿ ਸ਼ਾਇਦ ਤੁਸੀਂ ਤੇ ਮੈਂ ਅਸੀਂ ਸਾਰੇ ਉਹਨਾਂ ਵਿੱਚ ਸ਼ਾਮਲ ਹੋਵਾਂਗੇ ਜਿਨ੍ਹਾਂ ਨੂੰ ਕੋਰੋਨਾ ਇੱਕ ਵਾਰ ਹੱਲਾ ਬੋਲ ਚੁੱਕਿਆ ਹੋਏਗਾ। ਕਿ ਉਹੀ ਹਾਲਾਤ ਜੋ ਅਮਰੀਕਾ 'ਚ ਪਹੁੰਚੇ ਸੀ, ਜੇ 71% ਇਨਕਰੀਜ਼ ਹੋਣ ਦਾ ਮਤਲਬ ਸਮਝੋ ਕਿ ਇਹ ਮੌਤਾਂ ਦੀ ਦਰ ਵੀ ਉਸੇ ਹਿਸਾਬ ਨਾਲ, ਜੇ 3.5% ਦੇ ਹਿਸਾਬ ਨਾਲ ਤੁਰੀ ਜਾਈਏ ਤਾਂ ਕਿਸ ਕਿੱਥੇ ਪਹੁੰਚੇਗੀ ਮੌਤਾਂ ਦੀ ਗਿਣਤੀ, ਜੇ ਮਰੀਜ਼ ਹੀ ਸਾਡੇ ਹੋਣਗੇ ਕਿ 50 ਲੱਖ ਜਾਂ 1 ਕਰੋੜ ਦੇ ਨੇੜੇ ਮਰੀਜ਼ ਨੇ, ਤੇ ਤੁਸੀਂ ਅੰਦਾਜ਼ਾ ਲਾਓ 3.5% ਉਹਨਾਂ ਚੋਂ ਮੌਤਾਂ ਕਿੱਥੇ ਗਿਣਤੀ ਪਹੁੰਚ ਜਾਣੀ ਹੈ। ਜੀ ਮੈਂ ਭਾਜੀ ਅਜੇ ਤੱਕ ਹਮੇਸ਼ਾ ਅੱਜ ਤੱਕ ਦੀਆਂ ਟਾਕਸ ਵਿੱਚ ਇਹੋ ਸਲਾਹ ਦਿੰਦੀ ਰਹੀ ਹਾਂ ਕਿ ਤੁਸੀਂ ਡਰੋ ਨਹੀਂ, ਹਿੰਮਤ ਨਾਲ ਇਹਦਾ ਸਾਹਮਣਾ ਕਰੋ। ਕਿਤੇ ਸ਼ਾਇਦ ਉਹ ਲੋਕ ਇੰਨੀ ਕੁ ਢਿੱਲ ਲੈ ਚੁੱਕੇ ਨੇ ਕਿ ਡਰਨਾ ਨਹੀਂ ਦਾ ਮਤਲਬ ਹੈ ਕਿ ਜੋ ਹੀ ਮਰਜ਼ੀ ਕਰ ਸਕਦੇ ਹਾਂ, ਸਾਡੇ ਨੇੜੇ ਤੇੜੇ ਆ ਹੀ ਨਹੀਂ ਸਕਦਾ, ਇਹ ਕੁਛ ਵਹਿਮ ਪਾਲ ਲਿਆ ਗਿਆ ਹੈ। ਪਰ ਇਹ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਮਜ਼ਾਕ ਬਣਾ ਕੇ ਇਹਨੂੰ ਨੈੱਟ ਵਰਤ ਕੇ ਆਪਣੇ ਮੂੰਹ ਤੇ ਇੱਕ ਜਿਵੇਂ ਖੂਬਸੂਰਤੀ ਦਾ ਜ਼ਰੀਆ ਹੀ ਬਣਾ ਰਹੀਆਂ ਨੇ, ਬਿਲਕੁਲ ਗਲਤ ਗੱਲ ਹੈ। ਪ੍ਰੋਪਰ ਤਰੀਕੇ ਦਾ ਮਾਸਕ ਇਸ ਵੇਲੇ ਚਾਹੀਦਾ ਹੈ। ਜੇ ਕਰੋਨਾ ਇੱਕ ਨੂੰ ਹੋਇਆ, ਦੁਬਾਰਾ ਹੋਣ ਦੇ ਚਾਂਸਿਸ ਬਿਲਕੁਲ ਹਨ, ਇਹ ਭੁੱਲ ਜਾਣ ਕਿ ਇਹ ਕਦੇ ਵੀ ਨਹੀਂ ਦੁਬਾਰਾ ਹੋਣ ਵਾਲਾ, ਇਹੋ ਜਿਹੀ ਸਾਡੇ ਬਾਡੀ ਅਜੇ ਰੈਜ਼ਿਸਟੈਂਸ ਪੈਦਾ ਨਹੀਂ ਕਰ ਸਕੀ। ਸਵਾਗਤ ਹੈ ਜੀ ਇੱਕ ਵਾਰ ਸਾਡੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਸਾਡਾ ਇਹ ਪ੍ਰੋਗਰਾਮ ਰੋਜ਼ਾਨਾ ਸ਼ਾਮ 7:30 ਤੋਂ ਲੈ ਕੇ 8:30 ਤੱਕ ਲਾਈਵ ਅਸੀਂ ਤੁਹਾਡੇ ਅੱਗੇ ਪੇਸ਼ ਹੁੰਦੇ ਹਾਂ, ਅਤੇ ਵੱਖ ਵੱਖ ਜਿਹੜੇ ਵਿਸ਼ੇ ਹੁੰਦੇ ਨੇ ਉਸ 'ਤੇ ਅਸੀਂ ਚਰਚਾ ਵੀ ਕਰਦੇ ਹਾਂ। ਇਸ ਤੋਂ ਇਲਾਵਾ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਆ ਕਿ ਰੋਜ਼ਾਨਾ ਦਿਨ ਭਰ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਕੀ ਕੁਝ ਵਾਪਰਿਆ, ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਨੇ, ਕਿਹੜੀਆਂ ਚੰਗੀਆਂ ਸੀ, ਕਿਹੜੀਆਂ ਬੁਰੀਆਂ ਸੀ, ਇਹਨਾਂ ਸਾਰੀਆਂ ਨੂੰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਇਆ ਜਾਵੇ। ਅਤੇ ਇਸੇ ਕਰਕੇ ਅਸੀਂ ਕੋਸ਼ਿਸ਼ ਇਹੀ ਕਰਦੇ ਹੁੰਦੇ ਹਾਂ ਕਿ ਦਿਨ ਦੇ ਵਿੱਚ ਜੋ ਵੀ ਪ੍ਰਮੁੱਖ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ। ਸੋ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਿੱਧਾ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਜੇਕਰ ਇੰਡੀਆ ਤੋਂ ਸਾਨੂੰ ਕਾਲ ਕਰਨੀ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ। ਸਾਡਾ ਪਟਿਆਲਾ ਸਟੂਡੀਓ ਦਾ ਨੰਬਰ ਹੈ 0175500 ਪੂਰਾ 156। ਅਤੇ ਜੇਕਰ ਇੰਡੀਆ ਤੋਂ ਬਾਹਰੋਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋ ਅਤੇ ਤੁਸੀਂ ਸਾਨੂੰ ਕਾਲ ਕਰਨੀ ਚਾਹ ਰਹੇ ਹੋ ਤਾਂ ਸਾਡਾ ਇੰਟਰਨੈਸ਼ਨਲ ਨੰਬਰ ਹੈ ਜੀ 201-301-2785। ਅਤੇ ਇਸ ਤੋਂ ਇਲਾਵਾ ਇੱਕ ਤੀਸਰਾ ਨੰਬਰ, ਇੱਕ ਹੋਰ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਦਰਸ਼ਕ ਬੈਠੇ ਨੇ ਉਹਨਾਂ ਦੇ ਲਈ ਉਹ ਵੀ ਨੰਬਰ ਨੋਟ ਕਰ ਲਓ ਜੀ। ਇੱਕ ਇਹ ਹੈ 888-923-2656। ਸੋ ਇਹਨਾਂ ਤਿੰਨਾਂ ਨੰਬਰਾਂ 'ਤੇ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨਾਲ ਸਿੱਧਾ ਇਸ ਮੌਕੇ ਸਟੂਡੀਓ ਦੇ ਵਿੱਚ ਜੁੜ ਸਕਦੇ ਹੋ, ਆਪਣੇ ਵਿਚਾਰ, ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ ਪੇਜ ਦੇ ਉੱਪਰ ਵੀ ਗਲੋਬਲ ਪੰਜਾਬ ਟੀਵੀ ਦਾ ਜੋ ਸਾਡਾ ਫੇਸਬੁੱਕ ਪੇਜ ਆ ਉਸ 'ਤੇ ਵੀ ਇਸ ਸਮੇਂ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਹੋ। ਲਾਈਵ ਦੇਖਦੇ ਦੇਖਦੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਪੇਜ 'ਤੇ ਹੇਠਾਂ ਨੀਚੇ ਲਾਈਵ ਪ੍ਰੋਗਰਾਮ ਦੇ ਤੁਸੀਂ ਸ਼ੇਅਰ ਕਰ ਸਕਦੇ ਹੋ ਕਮੈਂਟਾਂ ਦੇ ਜ਼ਰੀਏ। ਸੋ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਭਾਰਤ ਚੀਨ ਦੇ ਟਕਰਾਅ ਦੀ ਵੀ ਗੱਲ ਕਰ ਰਹੇ ਸੀ, ਕਰੋਨਾ ਵਾਇਰਸ ਦੀ ਵੀ ਗੱਲ ਕਰ ਰਹੇ ਸੀ। ਸੋ ਇਹਨਾਂ ਸਭ ਦੇ ਵਿਚਕਾਰ ਜਿਹੜਾ ਇੱਕ ਹੋਰ ਮਹੱਤਵਪੂਰਨ ਟੌਪਿਕ ਹੈ ਉਹ ਹੈਗਾ ਲੋਕਡਾਊਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਪਿਆਂ ਵੱਲੋਂ ਸਕੂਲੀ ਫੀਸਾਂ ਦਾ ਜਿਹੜਾ ਵਿਰੋਧ ਕੀਤਾ ਗਿਆ ਸੀ ਉਹਦਾ ਮਾਮਲਾ ਲਗਾਤਾਰ ਹਾਈਕੋਰਟ ਦੇ ਵਿੱਚ ਚੱਲ ਰਿਹਾ। ਪਿਛਲੀ ਤਰੀਕ ਨੂੰ ਕੋਈ ਖਾਸ ਫੈਸਲਾ ਨਹੀਂ ਹੋਇਆ ਸੀ ਇਸ ਮਸਲੇ 'ਤੇ, ਅੱਜ ਕਿਉਂਕਿ 19 ਜੂਨ ਸੀ ਇਸ ਕਰਕੇ ਅੱਜ ਹਾਈਕੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਮਾਮਲੇ 'ਤੇ ਸੁਣਵਾਈ ਹੋਈ ਹੈ। ਅਤੇ ਲੇਕਿਨ ਅਦਾਲਤ ਨੇ ਜਿਹੜਾ ਆਪਣਾ ਕਰੀਬ ਜਿਹੜਾ ਫੈਸਲਾ ਉਹ ਬਣਾ ਲਿਆ, ਅਤੇ ਹੁਣ ਕਿਸ ਦੇ ਹੱਕ ਦੇ ਵਿੱਚ ਅਦਾਲਤ ਦਾ ਫੈਸਲਾ ਜਾਊਗਾ ਇਸ ਦਾ ਫਿਲਹਾਲ ਅਦਾਲਤ ਨੇ ਖੁਲਾਸਾ ਨਹੀਂ ਕੀਤਾ, ਕਿਉਂਕਿ ਹਾਈਕੋਰਟ ਨੇ ਆਪਣਾ ਜਿਹੜਾ ਫੈਸਲਾ ਉਹ ਫਿਲਹਾਲ ਰੱਖ ਲਿਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਈਕੋਰਟ ਆਪਣਾ ਇਹ ਫੈਸਲਾ ਸੁਣਾ ਸਕਦਾ। ਸੋ ਇੱਕ ਵਾਰ ਫਿਰ ਤੋਂ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਕਰੋਨਾ ਵਾਇਰਸ ਦੇ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਭਾਜੀ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਸਭਾਂ ਨੂੰ ਸਭਨਾਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਡਾਕਟਰ ਸਾਹਿਬ ਹਾਲਾਤ ਹੀ ਕੁਝ ਅਜਿਹੇ ਬਣ ਗਏ ਨੇ ਕਿ ਤੁਹਾਡੇ ਨਾਲ ਗੱਲ ਕਰਨੀ ਅੱਜ ਬੜੀ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਨੇ ਲਗਾਤਾਰ ਪ੍ਰਮੁੱਖ ਜ਼ਿਲ੍ਹਿਆਂ ਦੇ ਵਿੱਚ ਚਾਹੇ ਉਹ ਅੰਮ੍ਰਿਤਸਰ ਹੋਵੇ ਚਾਹੇ ਜਲੰਧਰ ਹੋਵੇ ਲੁਧਿਆਣਾ ਪਟਿਆਲਾ ਬਠਿੰਡਾ ਸੰਗਰੂਰ ਤਮਾਮ ਜਿਹੜੇ ਜ਼ਿਲ੍ਹੇ ਨੇ ਪਟਿਆਲਾ ਪੰਜਾਬ ਦੇ ਉਹਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਕੇਸ ਡਾਕਟਰ ਸਾਹਿਬ ਇਸ ਮੌਕੇ ਸਾਹਮਣੇ ਆ ਰਹੇ ਨੇ ਅਤੇ ਜਿਹੜੇ ਲੋਕ ਨੇ ਉਹ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਲੋਕ ਥੋੜ੍ਹੇ ਹੁਣ ਓਨੀਆਂ ਸਾਵਧਾਨੀਆਂ ਨਹੀਂ ਰੱਖਦੇ ਜਿੰਨੀਆਂ ਇਸ ਦੇ ਸ਼ੁਰੂਆਤ ਦੌਰ ਦੇ ਵਿੱਚ ਰੱਖ ਰਹੇ ਸੀ ਕਿ ਇਸ ਨੂੰ ਹੀ ਇੱਕ ਕਾਰਨ ਮੰਨਿਆ ਜਾਵੇ ਜਿਹੜੇ ਲਗਾਤਾਰ ਇਸ ਮੌਕੇ ਅਨਲੌਕ ਦੇ ਵਿੱਚ ਹੁਣ ਜਿਹੜੇ ਮਾਮਲੇ ਵੱਧ ਰਹੇ ਨੇ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਇੱਕ ਨਿੱਕਾ ਜਿਹਾ ਐਗਜ਼ਾਮਪਲ ਹੀ ਦੱਸਣਾ ਚਾਹੁੰਦੀ ਹਾਂ ਜਿਵੇਂ ਅੱਜ ਵੀ ਮੈਂ ਨਾਮ ਲਏ ਬਗੈਰ ਦੱਸਣਾ ਹੀ ਚਾਹੁੰਦੀ ਹਾਂ ਉਹਨਾਂ ਦੇ ਜੋ ਮਰੀਜ਼ ਕਿਉਂਕਿ ਡਾਕਟਰ ਲਈ ਇਹ ਜ਼ਰੂਰੀ ਹੈ ਕਿ ਆਪਣੇ ਮਰੀਜ਼ ਨੂੰ ਜੀ ਬਿਲਕੁਲ ਪਰ ਅੱਜ ਵੀ ਇੱਕ ਜਿਸ ਨੂੰ ਕਿ ਯਾਨੀ ਉਹਦਾ ਟੈਸਟ ਦੁਬਾਰਾ ਨਹੀਂ ਸੀ ਹੋਇਆ ਪਹਿਲਾਂ ਕਰੋਨਾ ਪੋਜ਼ਿਟਿਵ ਸੀ ਹੋਮ ਆਈਸੋਲੇਸ਼ਨ 'ਚ ਸੀ ਉਹ ਵੀ ਅੱਜ ਪੂਰਾ ਚੈੱਕਅਪ ਕਰਾਉਣ ਦੇ ਬਾਅਦ ਫਿਰ ਉਹਨਾਂ ਨੇ ਦੱਸਿਆ ਕਿ ਮੇਰਾ ਅੱਜ ਅਜੇ 18ਵਾਂ ਦਿਨ ਹੈ ਦੁਬਾਰਾ ਨੈਗੇਟਿਵ ਦਾ ਪਤਾ ਵੀ ਨਹੀਂ ਯਾਨੀ ਉਹ ਆਰਾਮ ਨਾਲ ਬਿਨਾਂ ਮਾਸਕ ਦੇ ਤੇ ਇਸੇ ਤਰ੍ਹਾਂ ਘੁੰਮ ਰਹੇ ਸਨ ਮੈਂ ਸਿਰਫ ਦੱਸਣਾ ਇਹ ਚਾਹੁੰਦੀ ਹਾਂ ਕਿ ਸਾਡੀ ਵੱਡੀ ਗਿਣਤੀ ਲੋਕ ਮੂੰਹ ਦੇ ਉੱਤੇ ਮਾਸਕ ਨਹੀਂ ਬੰਨ ਰਹੇ ਇਸ ਵੇਲੇ ਤੁਸੀਂ ਇਹ ਸੋਚ ਲਓ ਕਿ ਰਜਿੰਦਰਾ ਹਸਪੀਟਲ ਦੇ ਵਿੱਚ ਆਉਣ ਲੱਗਿਆਂ ਵੀ ਮੂੰਹ ਤੇ ਮਾਸਕ ਨਹੀਂ ਪਾਏ ਹੁੰਦੇ ਸੈਨੇਟਾਈਜ਼ਰ ਦੀ ਵਰਤੋਂ ਨਹੀਂ ਕਰ ਰਹੇ ਹੱਥ ਨਹੀਂ ਧੋ ਰਹੇ ਮੂੰਹ ਦੇ ਉੱਤੇ ਲਗਾਤਾਰ ਹੱਥ ਲਾਈ ਜਾ ਰਹੇ ਨੇ ਇੰਨਾ ਕੁ ਕੈਜੂਅਲ ਐਟੀਟਿਊਡ ਹੋ ਚੁੱਕਿਆ ਕਿ ਉਹਨਾਂ ਨੂੰ ਹੁਣ ਇੰਜ ਲੱਗ ਰਿਹਾ ਕਿ ਕੋਈ ਗੱਲ ਨਹੀਂ ਸਾਨੂੰ ਥੋੜਾ ਹੋਣਾ ਜਾਂ ਦੇਸੀ ਨਹੀਂ ਰਹੀ ਚੀਜ਼ ਤਾਂ ਸਾਨੂੰ ਹੋਣੀ ਹੋਈ ਨਹੀਂ ਇਹੀ ਨਤੀਜਾ ਜਿਸ ਹਿਸਾਬ ਨਾਲ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਹ ਮਾਮਲੇ ਅਜੇ ਅਗਸਤ ਵਿੱਚ ਹੋਰ ਇਨਕਰੀਜ਼ ਹੋਣੇ ਨੇ ਜੋ ਕਿ 71% ਇਨਕਰੀਜ਼ ਦਾ ਮਤਲਬ ਸਮਝ ਲਓ ਕਿ ਸ਼ਾਇਦ ਤੁਸੀਂ ਤੇ ਮੈਂ ਅਸੀਂ ਸਾਰੇ ਉਹਨਾਂ ਵਿੱਚ ਸ਼ਾਮਲ ਹੋਵਾਂਗੇ ਜਿਨ੍ਹਾਂ ਨੂੰ ਕਰੋਨਾ ਇੱਕ ਵਾਰ ਹੱਲਾ ਬੋਲ ਚੁੱਕਿਆ ਹੋਏਗਾ ਤੇ ਕਿੰਨੀ ਉਦੋਂ ਖਤਰੇ ਵਾਲੀ ਗੱਲ ਹੋ ਜਾਣੀ ਹੈ ਸਾਡੇ ਘਰਾਂ ਵਿਚਲੇ ਬਜ਼ੁਰਗਾਂ ਲਈ ਜਿਨ੍ਹਾਂ ਨੂੰ ਅਸੀਂ ਸ਼ਾਇਦ ਕਈ ਵਾਰ ਤਾਂ ਕੈਰੀਅਰ ਦੀ ਤੌਰ ਤੇ ਹੀ ਜਾਵਾਂਗੇ ਤੇ ਜਿਵੇਂ ਇਹ ਤਰੀਕਾ ਵਰਤਿਆ ਜਾ ਰਿਹਾ ਕਿ ਅਸੀਂ ਲੁਕਾ ਹੀ ਲਈਏ ਅਸੀਂ ਕਰੋਨਾ ਦੇ ਸੀਗੇ ਪੋਜ਼ਿਟਿਵ ਤੇ ਇਸ ਤਰ੍ਹਾਂ ਖੁੱਲੇ ਆਮ ਬਗੈਰ ਮਾਸਕ ਦੇ ਫਿਰਨਾ ਤੁਸੀਂ ਸਮਝ ਰਹੇ ਹੋ ਕਿ ਕਿੰਨੀ ਵੱਡੀ ਪੱਧਰ ਤੇ ਅਸੀਂ ਇਹ ਫੈਲਾ ਰਹੇ ਹਾਂ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਤੇ ਜੇ ਉਹੀ ਹਾਲਾਤ ਜੋ ਅਮਰੀਕਾ 'ਚ ਪਹੁੰਚੇ ਸੀ ਜੇ 71% ਇਨਕਰੀਜ਼ ਹੋਣ ਦਾ ਮਤਲਬ ਸਮਝੋ ਕਿ ਇਹ ਮੌਤਾਂ ਦੀ ਦਰ ਵੀ ਉਸੇ ਹਿਸਾਬ ਨਾਲ ਜੇ 3.5% ਦੇ ਹਿਸਾਬ ਨਾਲ ਤੁਰੀ ਜਾਈਏ ਤਾਂ ਕਿੱਥੇ ਪਹੁੰਚੇਗੀ ਮੌਤਾਂ ਦੀ ਗਿਣਤੀ ਜੇ ਮਰੀਜ਼ ਹੀ ਸਾਡੇ ਹੋਣਗੇ ਕਿ 50 ਲੱਖ ਜਾਂ 1 ਕਰੋੜ ਦੇ ਨੇੜੇ ਮਰੀਜ਼ ਨੇ ਤੇ ਤੁਸੀਂ ਅੰਦਾਜ਼ਾ ਲਾਓ 3.5% ਉਹਨਾਂ ਚੋਂ ਮੌਤਾਂ ਕਿੱਥੇ ਗਿਣਤੀ ਪਹੁੰਚ ਜਾਣੀ ਹੈ ਤੇ ਉਹ ਸਾਡੇ ਹੀ ਘਰਾਂ ਦੇ ਬਜ਼ੁਰਗ ਜਾਂ ਬੱਚੇ ਹੋਣਗੇ ਜਾਂ ਨੌਜਵਾਨ ਜਿਹੜੇ ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼ ਜਾਂ ਕਿਡਨੀ ਡਿਜ਼ੀਜ਼ ਦੇ ਇਸ ਵੇਲੇ ਜਾਂ ਡਰੱਗ ਅਡਿਕਟ ਜਾਂ ਐਲਕੋਹੋਲਿਕਸ ਜਿਹੜੇ ਨੇ ਵੱਡੀ ਗਿਣਤੀ ਉਹ ਉਹਨਾਂ ਮੌਤਾਂ ਵਿੱਚ ਸ਼ਾਮਲ ਹੋਣਗੇ ਡਾਕਟਰ ਸਾਹਿਬ ਇਹ ਤਾਂ ਫਿਰ ਬੜੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਅੰਕੜੇ ਦੱਸ ਰਹੇ ਹੋ 70-75% ਤੇ ਜੇਕਰ ਇਸ ਤਰ੍ਹਾਂ ਦੇ ਨਾਲ ਵਾਪਰਦਾ ਤੇ ਇਹ ਤਾਂ ਫਿਰ ਬੜੇ ਡਰਾਉਣ ਵਾਲੇ ਜਿਹੜੇ ਅੰਕੜੇ ਮਤਲਬ ਇਹ ਸਾਹਮਣੇ ਤੁਸੀਂ ਰੱਖ ਰਹੇ ਹੋ ਕਿ 70% ਤੱਕ ਜਿਹੜੀ ਆਬਾਦੀ ਹੈ ਕਰੋਨਾ ਵਾਇਰਸ ਦਾ ਜੇ ਸ਼ਿਕਾਰ ਹੋ ਜਾਂਦੀ ਹੈ ਤੇ ਫਿਰ ਜ਼ਿੰਦਗੀ ਕਿਸ ਪਾਸੇ ਨੂੰ ਜਾਏਗੀ ਡਾਕਟਰ ਸਾਹਿਬ ਜੀ ਮੈਂ ਭਾਜੀ ਅਜੇ ਤੱਕ ਹਮੇਸ਼ਾ ਅੱਜ ਤੱਕ ਦੀਆਂ ਟਾਕਸ ਵਿੱਚ ਇਹੋ ਸਲਾਹ ਦਿੰਦੀ ਰਹੀ ਹਾਂ ਕਿ ਤੁਸੀਂ ਡਰੋ ਨਹੀਂ ਹਿੰਮਤ ਨਾਲ ਇਹਦਾ ਸਾਹਮਣਾ ਕਰੋ ਕਿਤੇ ਸ਼ਾਇਦ ਉਹ ਲੋਕ ਇੰਨੀ ਕੁ ਢਿੱਲ ਲੈ ਚੁੱਕੇ ਨੇ ਕਿ ਡਰਨਾ ਨਹੀਂ ਦਾ ਮਤਲਬ ਹੈ ਕਿ ਜੋ ਹੀ ਮਰਜ਼ੀ ਕਰ ਸਕਦੇ ਹਾਂ ਸਾਡੇ ਨੇੜੇ ਤੇੜੇ ਆ ਹੀ ਨਹੀਂ ਸਕਦਾ ਇਹ ਕੁਛ ਵਹਿਮ ਪਾਲ ਲਿਆ ਗਿਆ ਹੈ ਅਸੀਂ ਕਿਤੇ ਵੀ ਕਦੇ ਵੀ ਇਹ ਨਹੀਂ ਕਿਹਾ ਕਿ ਸਾਵਧਾਨੀ ਨਾ ਵਰਤੋ ਜ਼ਰੂਰ ਇਹ ਕਿਹਾ ਕਿ ਮੌਤ ਦੇ ਭੈ ਤੋਂ ਬਚੇ ਰਹੋ ਤਾਂ ਕਿ ਡਿਪਰੈਸ਼ਨ ਦੇ ਸ਼ਿਕਾਰ ਨਾ ਹੋਵੋ ਪਰ ਜੇ ਸਾਵਧਾਨੀਆਂ ਨਹੀਂ ਵਰਤਾਂਗੇ ਤਾਂ ਸਾਡੇ ਸਾਹਮਣੇ ਹੋ ਰਿਹਾ ਕਿਸ ਤਰ੍ਹਾਂ ਅਸੀਂ ਇਹ ਵਾਧੇ ਵੱਲ ਜਾ ਰਹੇ ਹਾਂ ਇਹਨੂੰ ਰੋਕਣ ਦਾ ਸਿੰਪਲ ਜਿਹਾ ਇੱਕ ਤਰੀਕਾ ਸਿਰਫ ਇਹ ਕਿ ਬੇਲੋੜਾ ਅਸੀਂ ਬਾਹਰ ਨਾ ਨਿਕਲੀਏ ਜੋ ਅਸੀਂ ਦੇਖ ਰਹੇ ਹਾਂ ਪੰਜਾਬ ਦੀਆਂ ਅਲੱਗ ਅਲੱਗ ਥਾਵਾਂ ਦੀਆਂ ਖਬਰਾਂ ਵਿੱਚ ਕਿ ਟ੍ਰਿਪਲ ਰਾਈਡਿੰਗ ਦੀ ਫਿਲਨ ਰਾਈਡਿੰਗ ਜੋ ਹੋ ਰਹੀ ਹੈ ਚਾਰ ਚਾਰ ਵੀ ਬੰਦੇ ਚੜੇ ਨੇ ਬਗੈਰ ਹੈਲਮੇਟ ਦੇ ਬਗੈਰ ਮਾਸਕ ਦੇ ਇਹ ਬਿਲਕੁਲ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ ਜਿੱਥੋਂ ਤੱਕ ਆਪਣੀ ਕਿਉਂਕਿ ਹਮੇਸ਼ਾ ਹਰ ਗੱਲ ਲਈ ਅਸੀਂ ਕਈ ਸਰਕਾਰ ਹਰ ਕੋਨੇ ਹਰ ਨੁੱਕਰ 'ਚ ਖੜੀ ਹੋਵੇ ਇਹ ਟੋਕਣ ਲਈ ਇਹ ਗਲਤ ਗੱਲ ਹੈ ਅਸੀਂ ਜੇ ਨਿਊਜ਼ੀਲੈਂਡ ਵੱਲ ਝਾਤ ਮਾਰੀਏ ਜਾਂ ਹੋਰ ਉਹ ਮੁਲਕ ਜਿਹੜੇ ਕੰਟਰੋਲ ਕਰ ਸਕੇ ਨੇ ਉਹ ਬੰਦੇ ਆਪ ਆਪਣੀ ਜ਼ਿੰਮੇਵਾਰੀ ਆਪਣਾ ਫਰਜ਼ ਸਮਝਦੇ ਨੇ ਕਿ ਅਸੀਂ ਹੀ ਬਚਣਾ ਹੈ ਤੇ ਅੱਗੋਂ ਫੈਲਾਉਣ ਲਈ ਵੀ ਅਸੀਂ ਨਾ ਇੱਕ
ਜ਼ਰੀਆ ਬਣੀਏ। ਇਸ ਲਈ ਅਸੀਂ ਚੰਗੀ ਗੱਲ ਹੈ ਕਿ ਆਪਣੇ ਮਾਸਕ ਪਾਈਏ। ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਮਜ਼ਾਕ ਬਣਾ ਕੇ ਇਹਨੂੰ ਨੈੱਟ ਵਰਤ ਕੇ ਆਪਣੇ ਮੂੰਹ ਤੇ ਇੱਕ ਜਿਵੇਂ ਖੂਬਸੂਰਤੀ ਦਾ ਜ਼ਰੀਆ ਹੀ ਬਣਾ ਰਹੀਆਂ ਨੇ। ਬਿਲਕੁਲ ਗਲਤ ਗੱਲ ਹੈ। ਪ੍ਰੋਪਰ ਤਰੀਕੇ ਦਾ ਮਾਸਕ ਇਸ ਵੇਲੇ ਚਾਹੀਦਾ ਹੈ ਤਾਂ ਕਿ ਅਸੀਂ ਬਿਮਾਰੀ ਫੜੀਏ ਵੀ ਨਾ, ਅੱਗੇ ਫੈਲਾਈਏ ਵੀ ਨਾ। ਬਿਲਕੁਲ ਬੇਲੋੜਾ ਬਾਹਰ ਨਹੀਂ ਨਿਕਲਣਾ, ਤੇ ਜੇ ਨਿਕਲਣਾ ਹੈ ਤਾਂ ਤੁਸੀਂ ਇੱਥੇ ਭੀੜ ਨਾ ਬਣਾਓ ਕਿ ਮੋਢੇ ਨਾਲ ਮੋਢਾ ਵੱਜਦਾ ਹੋਵੇ, ਤੇ ਜੇ ਨਿਕਲੇ ਵੀ ਆ ਵਾਪਸ ਆ ਕੇ ਹੱਥ ਜ਼ਰੂਰ ਧੋਣੇ ਚਾਹੀਦੇ ਨੇ। ਵਾਰ ਵਾਰ ਸੈਨੇਟਾਈਜ਼ਰ ਲਾਉਣ ਦੀ ਥਾਂ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਏ ਜਾਣ ਤਾਂ ਚੰਗੀ ਗੱਲ ਹੈ। ਇੱਕ ਐਕਸਟ੍ਰੀਮ ਅਸੀਂ ਦੇਖ ਰਹੇ ਹਾਂ ਕਿ ਸਵੀਅਰ ਡਿਪਰੈਸ਼ਨ, ਤੇ ਦੂਜੀ ਐਕਸਟ੍ਰੀਮ ਜਿਹੜੇ ਬਿਲਕੁਲ ਹੀ ਕੋਈ ਚੀਜ਼ ਮੰਨਣ ਤੋਂ ਇਨਕਾਰੀ ਹੋਏ ਪਏ ਨੇ, ਜਿਸ ਕਾਰਨ ਇਹ ਫੈਲ ਰਿਹਾ ਹੈ। ਅੱਛਾ ਡਾਕਟਰ ਸਾਹਿਬ, ਇੱਕ ਜਾਂਦੇ ਜਾਂਦੇ ਇੱਕ ਮੇਰਾ ਸਵਾਲ ਦਾ ਉਹਦਾ ਜ਼ਰੂਰ ਜਵਾਬ ਦੇ ਕੇ ਜਾਇਓ ਕਿ ਕਈ ਲੋਕ ਸੋਚਦੇ ਨੇ ਜਿਹੜੇ ਪਹਿਲਾਂ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਠੀਕ ਹੈ, ਚੰਗੀ ਗੱਲ ਹੈ ਕਿ ਉਹ ਰਿਕਵਰ ਕਰ ਜਾਂਦੇ ਆ, ਤੇ ਕੀ ਅਜਿਹੇ ਲੋਕਾਂ ਨੂੰ ਵੀ ਦੁਬਾਰਾ ਫਿਰ ਤੋਂ ਡਰਨ ਦੀ ਜ਼ਰੂਰਤ ਹੈਗੀ ਆ ਜਿਹੜੇ ਇੱਕ ਵਾਰ ਪੋਜ਼ਿਟਿਵ ਹੋ ਕੇ ਠੀਕ ਹੋ ਜਾਂਦੇ ਨੇ? ਦੇਖੋ, ਜਿਹੜੇ ਹਾਲੇ ਤੱਕ ਦੋ ਤਰ੍ਹਾਂ ਦੇ ਕੇਸ ਸਾਡੇ ਸਾਹਮਣੇ ਵਿਸ਼ਵ ਪੱਧਰ ਤੇ ਆ ਚੁੱਕੇ ਨੇ, ਜਿੰਨੀਆਂ ਕੁ ਖੋਜਾਂ ਚੱਲ ਰਹੀਆਂ ਨੇ, ਕੱਲ ਨੂੰ ਕੋਈ ਹੋਰ ਤਬਦੀਲੀ ਹੋਵੇ ਤਾਂ ਨਹੀਂ। ਮੈਂ ਅੱਜ ਤੱਕ ਦੀਆਂ ਜੋ ਸਾਡੇ ਕੋਲ ਖੋਜਾਂ ਨੇ ਉਹਦੇ ਚ ਰਿਪੀਟ ਅਟੈਕਸ ਵਾਲੇ ਸਾਡੇ ਕੋਲ ਕੇਸ ਆ ਚੁੱਕੇ ਨੇ, ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਦੁਬਾਰਾ ਵੀ ਹੋਇਆ ਕੇਸ ਹੈਗੇ ਨੇ। ਦੂਸਰੀ ਗੱਲ ਕਿ ਜਿਹੜੇ ਰਿਕਵਰ ਹੋ ਚੁੱਕੇ ਨੇ ਉਹਨਾਂ ਦਾ ਜੋ ਲਿਆ ਹੋਇਆ ਪਲਾਜ਼ਮਾ ਥੈਰੇਪੀ ਅਧੀਨ, ਬਹੁਤ ਥੋੜੀ ਗਿਣਤੀ ਵਿੱਚ ਸਾਡੇ ਕੋਲ ਅਜੇ ਰਿਕਵਰੀ ਆਈ ਹੈ। ਇੰਨੀ ਕੁ ਚੀਜ਼ ਪਿੱਛੇ ਅਸੀਂ 100% ਉਹਦੇ ਉੱਤੇ ਨਹੀਂ ਟਿਕ ਸਕਦੇ ਇੰਨੇ ਥੋੜੇ ਲਈ ਕਿ ਉਹ ਬੰਦੇ ਨੇ ਵੈਸੇ ਹੀ ਰਿਕਵਰ ਕਰ ਜਾਣਾ ਸੀ ਕਿ ਪਲਾਜ਼ਮਾ ਥੈਰੇਪੀ ਕਰਕੇ ਹੋਇਆ। ਇਹ ਕਰਨ ਲਈ ਘੱਟੋ ਘੱਟ ਸਾਡੇ ਕੋਲ 2-2.5 ਹਜ਼ਾਰ ਮਰੀਜ਼ ਹੋਣਗੇ ਤਾਂ ਅਸੀਂ ਫਾਈਨਲ ਕਰ ਸਕਾਂਗੇ ਕਿ ਵਾਕਈ ਇਹ ਇਫੈਕਟਿਵ ਹੈ। ਸੋ ਅਜੇ ਪੂਰੀ ਤਰ੍ਹਾਂ ਯਾਨੀ ਸਾਡੇ ਕੋਲ ਇਹ ਕਹਿ ਸਕਦੇ ਹਾਂ ਕਿ ਜੇ ਕਰੋਨਾ ਇੱਕ ਨੂੰ ਹੋਇਆ, ਦੁਬਾਰਾ ਹੋਣ ਦੇ ਚਾਂਸਿਸ ਬਿਲਕੁਲ ਹਨ। ਇਹ ਭੁੱਲ ਜਾਣ ਕਿ ਇਹ ਕਦੇ ਵੀ ਨਹੀਂ ਦੁਬਾਰਾ ਹੋਣ ਵਾਲਾ, ਇਹੋ ਜਿਹੀ ਸਾਡੇ ਬੋਡੀ ਅਜੇ ਰੈਜ਼ਿਸਟੈਂਸ ਪੈਦਾ ਨਹੀਂ ਕਰ ਸਕੀ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਤੇ ਤਮਾਮ ਇਹ ਮਹੱਤਵਪੂਰਨ ਜਾਣਕਾਰੀ ਜਿਹੜੀ ਤੁਸੀਂ ਸਾਨੂੰ ਦਿੱਤੀ ਹੈ ਇਹਦੇ ਲਈ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸੋ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਜੁੜੇ ਸੀ ਸਾਡੇ ਨਾਲ। ਦੱਸ ਕੇ ਗਏ ਨੇ ਕਿ ਜਿਹੜੇ ਲੋਕ ਇੱਕ ਵਾਰ ਕਰੋਨਾ ਪੋਜ਼ਿਟਿਵ ਹੋ ਜਾਂਦੇ ਨੇ ਅਤੇ ਉਹ ਠੀਕ ਹੋ ਕੇ ਘਰ ਚਲੇ ਜਾਂਦੇ ਨੇ, ਅਤੇ ਉਹ ਵੀ ਇਹ ਨਾ ਸਮਝਣ, ਇਹ ਭੁਲੇਖੇ ਦੇ ਵਿੱਚ ਨਾ ਰਹਿਣ ਕਿ ਇੱਕ ਵਾਰ ਉਹਨਾਂ ਨੂੰ ਇਹ ਮਹਾਂਮਾਰੀ ਜੋ ਬਿਮਾਰੀ ਹੈ ਕਰੋਨਾ ਦੀ ਉਹ ਹੋ ਗਈ ਹੈ ਅਤੇ ਮੁੜ ਕੇ ਨਹੀਂ ਹੋ ਸਕਦੀ, ਉਹਨਾਂ ਨੂੰ ਵੀ ਦੁਬਾਰਾ ਤੋਂ ਹੋ ਸਕਦੀ ਹੈ। ਸੋ ਇਸ ਕਰਕੇ ਬੜਾ ਜ਼ਰੂਰੀ ਬਣ ਜਾਂਦਾ ਹੈ ਕਿ ਸਾਵਧਾਨੀ ਜਿੰਨੀ ਹੋ ਸਕੇ ਉਨਾ ਰੱਖੀ ਜਾਵੇ, ਜਿੰਨਾ ਹੋ ਸਕੇ ਉਨਾ ਅਸੀਂ ਬਾਕੀ ਭੀੜ ਤੋਂ ਬਾਕੀ ਲੋਕਾਂ ਤੋਂ ਦੂਰ ਹੀ ਰਹੀਏ, ਕਿਉਂਕਿ ਸੋਸ਼ਲ ਡਿਸਟੈਂਸਿੰਗ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਤੋਂ ਹੀ ਨਾਰਾ ਦਿੱਤਾ ਸੀ, ਇਸ ਉਪਾਅ ਦਿੱਤਾ ਸੀ ਕਰੋਨਾ ਵਾਇਰਸ ਤੋਂ ਬਚਣ ਦੇ ਲਈ, ਜੋ WHO ਆ ਉਸ ਦੀਆਂ ਵੀ ਇਹ ਹਦਾਇਤਾਂ ਨੇ ਕਿ ਦੂਰੀ ਇੱਕ ਦੂਸਰੇ ਤੋਂ ਜਿਹੜੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ। ਅਤੇ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਅਸੀਂ ਦੇਖਦੇ ਹਾਂ ਕਿ ਰੁਮਾਲਾਂ ਦੇ ਜਿਹੜੇ ਹੈਗੇ ਨੇ ਮਾਸਕ ਬਣਾ ਕੇ ਅਤੇ ਨਾਲ ਹੀ ਪਰਨੇ ਅਤੇ ਚੁੰਨੀਆਂ ਦੇ ਮਾਸਕ ਬਣਾ ਕੇ ਚਲੇ ਜਾਂਦੇ ਨੇ, ਅਤੇ ਉਸ ਚੀਜ਼ ਦਾ ਦੇਖੋ ਕੋਈ ਫਾਇਦਾ ਨਹੀਂ ਹੈ, ਤੁਸੀਂ ਖੁਦ ਦੇ ਨਾਲ ਹੀ ਧੋਖਾ ਕਰ ਰਹੇ ਹੋ, ਕਿਉਂਕਿ ਤੁਹਾਨੂੰ ਵੀ ਪਤਾ ਕਿ ਜਿਹੜੀ ਤੁਸੀਂ ਹਵਾ ਸਾਹ ਲੈ ਰਹੇ ਹੋ ਹਵਾ ਦਾ, ਅਤੇ ਉਹ ਕਿੰਨੀ ਕੁ ਪੁਣ ਕੇ ਤੁਹਾਡੇ ਤੱਕ ਆ ਰਹੀ ਹੈ। ਸੋ ਅੰਮ੍ਰਿਤਸਰ ਦੇ ਵਿੱਚ ਸਾਡੇ ਸਹਿਯੋਗੀ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ, ਸੁਖਚੈਨ ਸਿੰਘ। ਸੁਖਚੈਨ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਸੁਖਚੈਨ, ਅਸੀਂ ਦੇਖ ਰਹੇ ਹਾਂ ਕਿ ਅੱਜ ਵੀ ਜਿਹੜੇ 30-35 ਨਵੇਂ ਮਾਮਲੇ ਹੋਰ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਆ ਗਏ ਨੇ, ਅਤੇ ਪ੍ਰਸ਼ਾਸਨ ਹੁਣ ਕੋਈ ਹਰਕਤ ਦੇ ਵਿੱਚ ਹੋਰ ਕੁਛ ਆ ਰਿਹਾ ਜਾਂ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਸੀ ਕੰਮ ਉਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਬਸ? ਜੀ ਬਿਲਕੁਲ, ਜਿਸ ਤਰ੍ਹਾਂ ਕਿ ਅੱਜ ਵੀ 45 ਨਵੇਂ ਕਰੋਨਾ ਪੋਜ਼ਿਟਿਵ ਸਾਹਮਣੇ ਆਏ ਹਨ ਅੰਮ੍ਰਿਤਸਰ ਦੇ ਵਿੱਚ, ਔਰ 5 ਮੌਤਾਂ ਹੋਈਆਂ ਹਨ। ਹਾਲਾਂਕਿ ਕਾਫ਼ੀ ਗੰਭੀਰ ਮਾਮਲਾ ਹੈ, ਜਿਸ ਤਰ੍ਹਾਂ ਦਿਨ ਬ ਦਿਨ ਮੌਤਾਂ ਦਾ ਮਾਮਲਾ ਵੀ ਵੱਧ ਰਿਹਾ ਹੈ, ਗਿਣਤੀ ਵੱਧ ਰਹੀ ਮੌਤਾਂ ਹੀ, ਤਾਂ ਨਾ ਹੀ ਜੋ ਕਰੋਨਾ ਪੋਜ਼ਿਟਿਵ ਗਿਣਤੀ ਵੀ ਵੱਧ ਰਹੀ ਹੈ। ਇਹ ਕਾਫ਼ੀ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਲਈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿੱਥੋਂ ਕੇਸ ਆਉਂਦੇ ਹਨ ਉਸ ਇਲਾਕੇ ਨੂੰ ਜੋ ਸੀਲ ਕੀਤਾ ਜਾਂਦਾ ਹੈ ਜਾਂ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਜਾਂਦਾ ਹੈ, ਲੇਕਿਨ ਉਸ ਤੋਂ ਬਾਅਦ ਵੀ ਜਿਸ ਤਰ੍ਹਾਂ ਕਿ ਕਹਿ ਲਈਏ ਕਿ ਹੁਣ ਕਮਿਊਨਿਟੀ ਸਪਰੈਡ ਬਹੁਤ ਜ਼ਿਆਦਾ ਹੋਣ ਦੇ ਬਾਅਦ ਹੀ ਇਸ ਤਰ੍ਹਾਂ ਕੇਸ ਜ਼ਿਆਦਾ ਹੋ ਰਹੇ ਹਨ, ਕਾਫ਼ੀ ਗੰਭੀਰ ਜੋ ਕਹਿ ਲਈ ਸਥਿਤੀ ਬਣਦੀ ਜਾ ਰਹੀ ਹੈ ਅੰਮ੍ਰਿਤਸਰ ਦੀ। ਔਰ ਇੱਕ ਚੀਜ਼ ਤੱਕ ਹੁਣ ਕੱਲ੍ਹ ਤੋਂ ਜੋ ਪੰਜਾਬ ਸਰਕਾਰ ਵੱਲੋਂ ਜੋ ਲੋਕਡਾਊਨ ਦਾ ਐਲਾਨ ਕੀਤਾ ਗਿਆ ਸੀ, ਉਹ ਕੱਲ੍ਹ ਤੋਂ ਲੋਕਡਾਊਨ ਸ਼ੁਰੂ ਹੋਏਗਾ। ਹਾਲਾਂਕਿ ਜੇ ਕਹਿ ਲਈਏ 2 ਦਿਨਾਂ ਦੇ ਵਿੱਚ ਕੋਈ ਸਥਿਤੀ ਠੀਕ ਤਾਂ ਨਹੀਂ ਹੋਏਗੀ, ਕਿਉਂਕਿ ਇਸ ਲਈ ਕਾਫ਼ੀ ਲੰਬਾ ਲੋਕਡਾਊਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਪ੍ਰਸ਼ਾਸਨ ਹੋ ਸਕਦਾ ਕੋਈ ਸਖ਼ਤ ਫੈਸਲਾ ਲਵੇ, ਲੇਕਿਨ ਇਸ ਹਫ਼ਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਸਖ਼ਤ ਫੈਸਲਾ ਨਹੀਂ ਲਿਆ ਗਿਆ।
ਤੇ ਲੱਗਦਾ ਕਿ ਇਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਨਹੀਂ ਸਖਤ ਫੈਸਲਾ ਲੈਂਦਾ ਆਉਣ ਵਾਲੇ ਦਿਨਾਂ ਤੇ ਸਥਿਤੀ ਹੋਰ ਵੀ ਕਹਿ ਲਈਏ ਕਿ ਵਿਸਫੋਟਕ ਬਣ ਸਕਦੀ ਹੈ ਜੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਸੁਖਚੈਨ ਸਿੰਘ, ਤੁਸੀਂ ਸਾਡੇ ਨਾਲ ਜੁੜੇ ਹੋ ਗੁਰੂ ਕੀ ਨਗਰੀ ਤੋਂ। ਸੋ ਜਿਸ ਤਰੀਕੇ ਦੇ ਨਾਲ ਸੁਖਚੈਨ ਨੇ ਦੱਸਿਆ ਕਿ ਉਸੇ ਤਰ੍ਹਾਂ ਦੇ ਹੀ ਜਿਹੜੇ ਰਵੱਈਆ ਪ੍ਰਸ਼ਾਸਨ ਦਾ ਸਿਹਤ ਵਿਭਾਗ ਦਾ ਉਸ ਪਿਛਲੇ ਦਿਨਾਂ ਦੀ ਤਰ੍ਹਾਂ ਹੀ ਜਾਰੀ ਹੈ, ਸੋ ਹੋਣਾ ਤਾਂ ਇਹ ਚਾਹੀਦਾ ਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੋਰੋਨਾ ਵਾਇਰਸ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਨੇ, ਸੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵੀਕਐਂਡ ਦਾ ਦੋ ਦਿਨ ਦਾ ਜੋ ਲੋਕਡਾਊਨ ਜਿਹੜਾ ਹੁਣ ਬਣਾਇਆ ਸ਼ਨੀਵਾਰ ਅਤੇ ਐਤਵਾਰ ਦਾ, ਤਾਂ ਸ਼ਨੀਵਾਰ ਐਤਵਾਰ ਜਿਸ ਤਰੀਕੇ ਨਾਲ ਐਤਵਾਰ ਬੰਦ ਰੱਖਿਆ ਜਾ ਸਕਦਾ ਅਤੇ ਸ਼ਨੀਵਾਰ ਵੀ ਰੱਖਿਆ ਜਾ ਸਕਦਾ, ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਭਾਈ ਸਾਹਿਬ ਘਰਾਂ ਦੇ ਵਿੱਚ ਰਹਿਣਾ, ਬੇਲੋੜੀ ਉਸ 'ਤੇ ਗੱਲੋਂ ਬਾਹਰ ਨਹੀਂ ਨਿਕਲਣਾ, ਅਤੇ ਇੱਕ ਪਾਸੇ ਤੁਸੀਂ ਸ਼ਾਮੀ ਸ਼ਨੀਵਾਰ 5 ਵਜੇ ਤੱਕ ਦੁਕਾਨਾਂ ਵੀ ਖੁਲਵਾ ਰਹੇ ਹੋ, ਅਤੇ ਉਹ ਦੁਕਾਨਾਂ ਜਦੋਂ ਖੁੱਲ੍ਹਣਗੀਆਂ ਅਤੇ ਲੋਕ ਜਦੋਂ ਨਹੀਂ ਜਾਣਗੇ ਤਾਂ ਫਿਰ ਉੱਥੇ ਦੁਕਾਨਦਾਰ ਵੀ ਸਾਰਾ ਦਿਨ ਆਪਣੀਆਂ ਦੁਕਾਨਾਂ ਖੋਲ੍ਹ ਕੇ ਕੀ ਉੱਥੇ ਵਿਚਾਰੇ, ਫਿਰ ਉਹੀ ਗੱਲ ਹੈ ਕਿ ਮੱਖੀਆਂ ਮਾਰਨ ਵਾਲੀ ਗੱਲ ਹੋ ਜਾਣੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸਰਕਾਰ ਨੂੰ ਕੁਛ ਰਲਵੇਂ ਮਿਲਵੇਂ ਜਿਹੜੇ ਫੈਸਲੇ ਨੇ ਉਹ 'ਤੇ ਥੋੜ੍ਹਾ ਗੌਰ ਜ਼ਰੂਰ ਕਰਨਾ ਚਾਹੀਦਾ। ਇੱਕ ਪਾਸੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਦੂਸਰੇ ਪਾਸੇ ਤੁਸੀਂ ਦੁਕਾਨਾਂ ਖੋਲ੍ਹਣ ਦੇ ਜਿਹੜੇ ਆਰਡਰ ਨੇ ਉਹ ਜਾਰੀ ਕਰ ਦਿੰਦੇ ਹੋ। ਸੋ ਖੈਰ, ਕਰੋਨਾ ਵਾਇਰਸ ਦਾ ਜਿਹੜਾ ਜੀ ਹੁਣ ਸਾਡਾ ਜਿਹੜਾ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣਦਾ ਜਾ ਰਿਹਾ, ਇਹੀ ਦਿਖ ਰਿਹਾ ਫਿਲਹਾਲ ਤਾਂ, ਕਿ ਇਸੇ ਤਰ੍ਹਾਂ ਦੇ ਨਾਲ ਸਾਨੂੰ ਇੱਕ ਤਰੀਕੇ ਦੇ ਨਾਲ ਕਰੋਨਾ ਵਾਇਰਸ ਢੋਣਾ ਹੀ ਪੈਣਾ। ਹਜੇ ਹੋਰ ਪਤਾ ਨਹੀਂ ਕਿੰਨੇ ਕੁ ਮਹੀਨੇ ਇਹ ਸਾਰਾ ਕੁਝ ਚੱਲਣਾ, ਅਤੇ ਸਾਡੀ ਅਰਦਾਸ ਇਹੀ ਹੈ, ਸਭ ਦੀ ਅਰਦਾਸ ਇਹੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਸਾਡੇ ਵਿਗਿਆਨੀ ਨੇ, ਡਾਕਟਰ ਨੇ, ਉਹ ਇਸ ਦਾ ਜਿਹੜਾ ਇਲਾਜ ਉਹ ਲੱਭ ਲੈਣ। ਸੋ ਸਕੂਲ ਫੀਸ ਮਾਮਲੇ 'ਤੇ ਵੀ ਅਸੀਂ ਗੱਲ ਕਰ ਰਹੇ ਸੀ, ਹਾਈ ਕੋਰਟ ਨੇ ਆਪਣਾ ਜਿਹੜਾ ਫੈਸਲਾ ਉਹ ਜੇ ਨਹੀਂ ਸੁਣਾਇਆ, ਆਉਣ ਵਾਲੇ ਦਿਨਾਂ ਦੇ ਵਿੱਚ ਸੁਣਾ ਸਕਦੇ ਨੇ, ਅਤੇ ਅਸੀਂ ਇਸ ਮਾਮਲੇ ਨੂੰ ਲੜਨ ਵਾਲੇ ਵਕੀਲ RS ਬੈਂਸ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਉਹਨਾਂ ਨਾਲ ਜਿਹੜਾ ਸੰਪਰਕ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਜੀ, ਸਾਡੇ ਨਾਲ ਜੁੜ ਚੁੱਕੇ ਨੇ RS ਬੈਂਸ ਸਾਹਿਬ। ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਹੈ, ਸ਼ੁਕਰੀਆ ਜੀ। ਬੈਂਸ ਸਾਹਿਬ, ਅੱਜ ਕੀ ਕੁਝ ਕਾਰਵਾਈ ਹੋਈ ਹੈ, ਜੋ ਸੁਣਵਾਈ ਸਕੂਲ ਫੀਸ ਮਾਮਲੇ 'ਤੇ ਹੋਈ ਹੈ, ਜੇ ਤੁਸੀਂ ਥੋੜ੍ਹਾ ਜਿਹਾ ਕੁਛ ਡਿਟੇਲ ਦੇ ਵਿੱਚ ਅੱਜ ਦੀ ਪ੍ਰਕਿਰਿਆ ਬਾਰੇ ਦੱਸ ਦਿਓ ਤਾਂ ਚੰਗਾ ਹੋਏ। ਆਖਰੀ ਦਿਨ ਸੀ ਜੀ ਸਾਰੀ ਬੈਂਸ ਦਾ, ਤੇ ਸਕੂਲਾਂ ਵੱਲੋਂ, ਸਟੇਟ ਆਫ ਪੰਜਾਬ ਵੱਲੋਂ ਤੇ ਪੇਰੈਂਟਸ ਖਤਮ ਹੋ ਗਈ ਹੈ ਜੀ। ਰਿਟਨ ਆਰਗੂਮੈਂਟ ਹਰ ਪਾਰਟੀ ਨੇ ਆਪਣੇ ਪ੍ਰਪੋਜ਼ਲ ਕੀ ਕਰਨਾ ਚਾਹੀਦਾ ਹੈ ਜੀ, ਕਿ ਉਹਨਾਂ ਸਮਝ ਚੱਕਦੇ ਹੋਏ ਉਹਨਾਂ ਨੇ ਜਿਹੜਾ ਫੈਸਲਾ ਹੈ ਰਾਖਵਾਂ ਰੱਖ ਕਰ ਜੀ। ਬੈਂਸ ਸਾਹਿਬ, ਆਵਾਜ਼ ਦੇ ਵਿੱਚ ਥੋੜ੍ਹੀ ਸਮੱਸਿਆ ਆ ਰਹੀ ਹੈ ਤੁਹਾਡੀ, ਥੋੜ੍ਹੀ ਸ਼ਾਇਦ ਆਵਾਜ਼ ਕੱਟ ਕੇ ਆ ਰਹੀ ਹੈ। ਸੋ ਜੇਕਰ ਤੁਸੀਂ ਸੁਣ ਰਹੇ ਹੋ ਮੇਰੀ ਆਵਾਜ਼ ਨੂੰ, ਤੇ ਤੁਹਾਨੂੰ ਕੀ ਲੱਗਦਾ ਬੈਂਸ ਸਾਹਿਬ ਕਿ ਫੈਸਲਾ ਕਿਸ ਦੇ ਪੱਖ ਵੱਲ ਆਉਣ ਦੇ ਜਿਹੜੇ ਹੈਗੇ ਚਾਂਸਿਸ ਜ਼ਿਆਦਾ? ਜਿਹੜਾ ਐਡਵੋਕੇਟ ਜਨਰਲ ਨੇ ਫਾਈਲ ਕੀਤਾ ਜੀ, ਉਹ ਲਾਈਨ ਤੇ ਆਉਣ ਦੇ ਵਿੱਚ ਜ਼ਿਆਦਾ ਸੰਭਾਵਨਾ ਹੈ, ਕਿਉਂਕਿ ਉਹਨਾਂ ਨੇ ਜਿਹੜੀਆਂ ਫੀਸਾਂ ਜਿਹੜੀਆਂ ਸਕੂਲਾਂ ਨੇ, ਕੁਛ ਫੀਸਾਂ ਜਿਹੜੀਆਂ ਟਿਊਸ਼ਨ ਫੀ ਹੈ ਉਹ ਤਾਂ ਪਏਗੀ ਜੀ, ਕੁਛ ਫੀਸਾਂ ਜਿਹੜੀਆਂ ਐਨੂਅਲ ਹੈ, ਕੁਛ ਫੀਸ ਹੈਗੀ ਆ ਜਿਹੜੀਆਂ ਐਕਟੀਵਿਟੀ ਕਰਾਉਂਦਾ ਕਰਾਇਆ ਜੀ, ਕੈਂਟੀਨ ਫੀ ਵੈਸਾ। ਮਾਫ ਕਰਨਾ, ਮੈਂ ਟੋਕੂੰਗਾ ਤੁਹਾਨੂੰ, ਤੁਹਾਡੀ ਆਵਾਜ਼ ਸਾਡੇ ਕੋਲ ਥੋੜ੍ਹਾ ਕਾਫੀ ਕੱਟ ਕੇ ਆਉਂਦੀ ਹੈ, ਜੇ ਥੋੜ੍ਹਾ ਜਿਹਾ ਤੁਸੀਂ ਰੇਂਜ ਦੇ ਵਿੱਚ ਹੋ ਕੇ ਗੱਲ ਕਰ ਲਿਓ ਤਾਂ ਮਿਹਰਬਾਨੀ ਹੋਏਗੀ ਤੁਹਾਡੀ। ਨਹੀਂ, ਹੁਣ ਠੀਕ ਆ ਰਹੀ ਹੈ ਵੈਸਾ ਆਵਾਜ਼, ਇੱਥੇ ਠੀਕ ਆ ਰਹੀ ਹੈ ਜੀ। ਠੀਕ ਹੈ ਜੀ, ਕੀਤੀਆਂ ਨੀ, ਜਿਸ ਤਰ੍ਹਾਂ ਕਿ ਬੱਸਾਂ ਦੇ ਬੱਚੇ ਬੱਸਾਂ ਚ ਨਹੀਂ, ਕੈਂਟੀਨਾਂ ਖੁੱਲੀਆਂ ਹੀ ਨਹੀਂ, ਸਪੋਰਟਸ ਐਕਟੀਵਿਟੀ ਹੋਈਆਂ ਨੀ, ਕੋਈ ਹੋਰ ਕਰਿਕੁਲਰ ਐਕਟੀਵਿਟੀ ਨਹੀਂ ਹੋਈਆਂ, ਤਾਂ ਉਹਨਾਂ ਫੀਸਾਂ ਚਾਰਜ ਕਰਨਗੇ ਉਹ ਤਾਂ ਲੋਕਡਾਊਨ ਦੇ ਦੌਰਾਨ ਉਹ ਨਹੀਂ ਕਰਾਉਣਗੇ। ਬਿਲਕੁਲ, ਬਾਕੀ ਫੀਸਾਂ ਡੈਫਰ ਕੀਤੀਆਂ ਜਾਣਗੀਆਂ ਜਦੋਂ ਲੋਕਡਾਊਨ ਖੁੱਲੇਗਾ, ਜਦੋਂ ਸਕੂਲ ਖੁੱਲਣਗੇ ਉਸ ਤੋਂ 1 ਮਹੀਨੇ ਦੇ ਵਿੱਚ ਪੇਰੈਂਟਸ ਦੇ ਦੇਣਗੇ। ਇਹੋ ਜਿਹਾ ਪ੍ਰਪੋਜ਼ਲ ਦਿੱਤਾ ਸੀ। ਠੀਕ ਹੈ, ਚਲੋ ਠੀਕ ਹੈ, ਕਿਉਂਕਿ
दोनों पक्षों का जिहड़ा हैगा कि बराबर पक्ष लड़ रहे ने, मापे अपनी गलों ठीक ने, जिहड़े स्कूल ने वह भी कुछ हद तक जिहड़े अपने क्योंकि जिहड़े उन्होंने जरूरी खर्चे होंगे ने उन्हां दी मांग कर रहे हैं। सो बहुत बहुत शुक्रिया बैंस साहब, आर एस बैंस साडे नाल चंडीगढ़ तो साडे इस प्रोग्राम दे विच जुड़े सी। हालांकि कुछ टैक्नीकल या कुछ रेंज की प्रॉब्लम करके असी उन्हां दी आवाज़ जिहड़ी है चंगी तरीके नाल नहीं सुन सके। सो जिस तरह के नाल आर एस बैंस साहब दस के गए ने कि जिहड़ा फैसला वो अदालत ने राखवा रख लिया तो आने वाले दिनों दे विच फैसला हो सकता है, तो लेकिन इस फैसले दे विच जो पूरी यह कार्रवाई हो चल रही है अदालत दे विच, एक गल सानू सारे मापियां नू समझ लेनी चाहिए है कि फीसां कुछ हद तक तो जिहड़ियां हैगियां सानू वो अदा स्कूल नू करनियां पैणगियां। जेकर असी कहीए कि पूरी जिहड़ी फीस है साडे बच्चों की वो माफ स्कूल कर देण, तो वो ना तो इस तरह का फैसला अदालत सुनाएगी क्योंकि स्कूलों ने भी लखां जिहड़े टीचर ने उन्हां नू रुजगार दिता होया, अध्यापक ने उन्हां दियां भी अगे परिवार ने उन्होंने भी अपना जिहड़ा परिवार है वो अपनी तनखाह दे सिर तो ही अगे चलाउणा है। सो हर एक बंदे दी अपनी अपनी मजबूरी है जी, हर एक बंदे दा अपना अपना दुख है। सो हर कोई अपना दुख सुना दिंदा तो उन्हूं लगता कि जिहड़ा उसे दा दुख है शायद उही वड्डा है, तो दूसरे दे दुख दे मुकाबले अपना दुख जिहड़ा हमेशा सानू ज़्यादा ही लगता हुंदा। सो इस तरह के नाल यही है कि थोड़ा बहुत हुण मापियां नूं थोड़ा बहुत तैयार रहना चाहिए कि जेकर हुण हाई कोर्ट ने फैसला ये सुना दिता, क्योंकि जिस तरीके दे नाल हाई कोर्ट 70% फीस नूं लैके चल रहा सी, हो सकता है कि उस तो थोड़ी बहुत जिहड़ी डाउन है परसेंटेज दे विच हाई कोर्ट कटौती कर दे, तो ये मन के चलो कि 50% तक जिहड़ियां मापियां नूं जिहड़ियां फीसां ने अपने बच्चियां दियां उह स्कूलां नूं देणियां पै सकदियां ने। सो इस तो इलावा एक होर जिहड़ा वड्डा मसला वह भी इस लॉकडाउन दे नाल ही संबंधित आया सी करोना वायरस दे नाल ही कि बिजली दे बिल बहुत ज़्यादा पावरकॉम वालों भेज दते गए ने, तो लोग हुण उसका भी विरोध किया जा रहा। प्रमुख विरोधी पार्टी आम आदमी पार्टी लगातार प्रोटेस्ट कर रही है बिजली बिलों नूं लैके, सरकार तो मंग यही की जा रही है कि पावरकॉम नूं आदेश दिते जाण कि वह लोगों के जिहड़े बिजली दे बिल ने वह माफ़ करे या किसी तरीके दे नाल अग्गे करे, या जिहड़े हैगे ने जो ज़्यादा जिहड़े बिल आए ने या उन्होंने जिहड़ी त्रुटियां ने उन्होंने दूर करके उन्होंने ठीक किया जाए, क्योंकि असी देखते हैं अक्सर कि पावरकॉम अजिहियां गलतियां अक्सर ही करता रहिंदा, तो कई अनेक गरीब परिवारां नूं असी देखिया कि जिन्हां दे घर दे विच सिर्फ एक पक्खा ते एक लाइट ही चलती है, तो उन्होंने भी हज़ारां 40-40 हज़ार 50-35 हज़ार रुपए के जिहड़े बिल ने, इत्थों तक कि लखां तक भी जिहड़े असी बिल ने अजिहे गरीब परिवारां नूं आउंदे असी देखे ने। सो इहदे विच असी साफ ये कह सकते हैं कि पावरकॉम बिलों नूं बनाउण दे विच गलती जरूर करदा, तो इस बार भी जिहड़ी आ गलतियां वो जरूर पावरकॉम ने कीतियां ने। सो एक कॉलर साडे नाल जुड़े ने जी, बहुत बहुत स्वागत है जी तुहाडा ग्लोबल गलबात दे विच। हेलो सत्श्रीकाल भाजी। सत्श्रीकाल जी, बहुत बहुत स्वागत है जी, नाम तो दस दौ तो स्थान दस दौ, कितों बोल रहे हो? ਭਾਜੀ ਮੇਰਾ ਨਾਮ ਰਵਿੰਦਰ ਹੈ ਜੀ, ਮੈਂ ਰਵਿੰਦਰ ਸਿੰਘ, ਮੈਂ ਆਸਟ੍ਰੇਲੀਆ ਤੋਂ ਬੋਲ ਰਿਹਾ ਜੀ। ਰਵਿੰਦਰ ਜੀ ਠੀਕ ਹੈ, ਹਾਂਜੀ ਰਵਿੰਦਰ ਜੀ ਕੀ ਕਹਿਣਾ ਚਾਹੁੰਦੇ? ਭਾਜੀ ਟਵਾਣਾ ਸਾਹਿਬ ਨਹੀਂ ਆਇਆ? ਟਵਾਣਾ ਸਾਹਿਬ ਰਵਿੰਦਰ ਜੀ ਮਾਰਨਿੰਗ ਵਾਲਾ ਸ਼ੋਅ ਕਰਦੇ ਨੇ ਫਿਲਹਾਲ ਥੋੜੇ ਸਮੇਂ ਵਾਸਤੇ, ਜਿਹੜਾ ਮੇਰੀ ਡਿਊਟੀ ਲੱਗੀ ਹੈ ਗਲੋਬਲ ਗੱਲਬਾਤ ਦੇ ਵਿੱਚ ਅਤੇ ਹੈਲੋ ਗਲੋਬਲ ਪੰਜਾਬ ਟਵਾਣਾ ਸਾਹਿਬ ਕਰਦੇ ਹੋ, ਮਾਰਨਿੰਗ ਸਮਾਂ ਹੁੰਦਾ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ। मैं थोड़ा कामरेडी सुभा दा बंदा जी, क्योंकि साडे पुरखे भी कामरेडी सी, मैं कामरेडी सोच बिलीव करदा, पर इहदा मतलब ए नहीं कि जे कोई होर सोच विच बिलीव करदा कि मैं उहदा रिस्पैक्ट नहीं करदा, हरेक दी मैं रिस्पैक्ट करदा, ए भी सच आ। बिलकुल मैं ये सोचदा भाजी कि इंडिया नूं 99 साल लई चीन नूं लीज ते दे देना चाहिदा। अच्छा, चीन नूं दे देना चाहिदा, ठीक है, चीन नूं ही क्यों दे देना चाहिदा? हां तुहानूं क्योंकि देखो तुहाडी गल दे विच थोड़ा जिहा हासा आया तुहाडी। बिलकुल रविंदर जी देखो, हाँ ठीक है, तुसीं अपना तर्क बिलकुल ठीक है, तुसीं दो तर्क कोई गल नहीं, आपां बाद च गल कंटिन्यू करांगे, तुसीं बिलकुल दसो अपनी गल कंप्लीट करो। क्योंकि
ਤੁਹਾਡੀ ਗੱਲ ਦੇ ਵਿੱਚ ਹਾਸਾ ਇਸ ਕਰਕੇ ਸੀ, ਤੁਹਾਨੂੰ ਲੱਗੂਗਾ ਕਿ ਇਹ ਡਿਫਰੈਂਟ ਸੋਚਦਾ ਬੰਦਾ, ਇਹਦਾ ਹਾਸੇ ਦਾ ਮਤਲਬ ਇਹ ਸੀ। ਬਿਲਕੁਲ, ਪਰ ਮੈਂ ਇਸ ਗੱਲ ਤੇ ਬਲੀਵ ਕਰਦਾ ਕਿ ਜੇ ਤੁਸੀਂ ਆਸਤਕ ਹੋ, ਮੈਂ ਨਾਸਤਕ ਹਾਂ, ਪਰ ਮੈਂ ਨਾਸਤਕ ਹਾਂ ਫੇਰ ਵੀ ਮੈਂ ਰੱਬ ਦੀ ਰਜਾ ਦੇ ਵਿੱਚ ਰਹਿ ਕੇ ਨਾਸਤਕ ਹਾਂ। ਜੇ ਸਾਡੇ 80 ਕਰੋੜ ਸਾਡੇ ਭਾਰਤ ਦੀ ਪਾਪੂਲੇਸ਼ਨ 125 ਕਰੋੜ ਦੱਸੀ ਜਾਂਦੀ ਹੈ, 125 ਕਰੋੜ ਤੋਂ ਵੱਧ ਗਈ ਆ। ਹਾਂ ਹਾਂ, ਪਰ ਇਹ 125 ਕਰੋੜ ਵੱਧ ਕਹਿ ਦਿੰਦੇ ਆ, ਪਰ ਟੈਕਨੀਕਲੀ ਇਹ 140 ਹੋਊਗੀ। 140 ਚੋਂ ਜੇ 80 ਕਰੋੜ। ਅੱਛਾ ਰਵਿੰਦਰ ਜੀ, ਆਪਣੀ ਗੱਲ ਥੋੜੀ ਜਿਹੀ ਜਲਦੀ ਜੇ ਕੁਝ ਤੁਸੀਂ ਕਰੋ ਤੇ ਮੈਨੂੰ ਖੁਸ਼ੀ ਹੋਊਗੀ, ਕਿਉਂਕਿ ਆਪਣੇ ਕੋਲ ਸਮਾਂ ਘੱਟ ਹੀ ਹੈ। ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਗੱਲ ਵਿਚਕਾਰ ਰਹਿ ਜੇ ਕਿਤੇ। ਭਾਜੀ 140 ਕਰੋੜ ਚੋਂ ਜੇ 80 ਕਰੋੜ ਬੰਦਾ ਗੁਰਬਤ ਤੋਂ ਥੱਲੇ ਰਹਿ ਰਿਹਾ, ਜਿੱਥੇ ਬੱਚੇ ਇਹ ਕਹਿ ਰਹੇ ਆ ਕਿ ਪਾਪਾ ਮੈਨੂੰ ਆਹ ਚਾਹੀਦਾ, ਪਾਪਾ ਮੈਨੂੰ ਕਿਤਾਬ ਚਾਹੀਦੀ ਆ, ਪਾਪਾ ਮੈਂ ਵੀ ਮੂਵੀ ਦੇਖਣ ਜਾਣਾ, ਸਾਡੇ ਕੋਲ ਵਧੀਆ ਘਰ ਹੋਵੇ, ਜਦੋਂ ਉਹ ਸਹੂਲਤ ਸੁੱਖ ਨਹੀਂ ਮਿਲੂਗਾ ਤੇ ਅਸੀਂ ਏਦਾਂ ਦੀ ਫੇਕ ਡੈਮੋਕ੍ਰੇਸੀ ਨੂੰ ਕਰਨਾ ਕੀ ਹੈ? ਇਹਦੋਂ ਚੰਗਾ ਤੇ ਕਮਿਊਨਿਸਟ ਸਿਸਟਮ ਚਾਹੀਦਾ। ਕਮਿਊਨਿਸਟ ਸਿਸਟਮ ਕਾਮਰੇਡੀ ਸਿਸਟਮ ਹੀ ਆ, ਜਿਹੜਾ ਰੱਬ ਨੂੰ ਬਾਅਦ ਵਿੱਚ ਮੰਨਦਾ, ਪਹਿਲਾਂ ਇਨਸਾਨੀਅਤ ਨੂੰ ਮੰਨਦਾ। ਦੇਖੋ ਮੰਨਣਾ ਤਾਂ ਹਾਂ ਬਿਲਕੁਲ, ਸੋਚ ਤਾਂ ਇਸੇ ਤਰੀਕੇ ਦੀ ਹੋਣੀ ਚਾਹੀਦੀ ਹੈ। ਬਿਲਕੁਲ, ਪਹਿਲਾਂ ਆਪਾਂ ਇਨਸਾਨੀਅਤ ਤੇ ਪਹੁੰਚੀਏ, ਫੇਰ ਰੱਬ ਨੂੰ ਮੰਨੀਏ। ਭਗਤ ਸਿੰਘ ਦਾ ਸਾਹਿਤ ਸਾੜ ਦਿੱਤਾ ਗਿਆ, ਰਵਿੰਦਰ ਨਾਥ ਟੈਗੋਰ ਦੀ ਕਵਿਤਾ ਦੇ ਉੱਤੇ ਬੈਨ ਲੱਗੇ ਰਹੇ ਹੁਣ ਤੱਕ, ਗੁਰਬਾਣੀ ਨੂੰ ਬੈਨ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ, ਇਹਦੇ ਪਿੱਛੇ ਕੌਣ ਆ? ਠੀਕ ਆ ਜੀ, ਚੀਨ ਜਦੋਂ ਅਸੀਂ ਲੜਦੇ ਰਹੇ, ਜਦੋਂ ਅਸੀਂ ਇੱਕ ਦੂਜੇ ਨਾਲ ਭਿੜਦੇ ਰਹੇ, ਜਦੋਂ ਅਸੀਂ ਪਖੰਡ ਵਿੱਚ ਬੜੇ ਰਹੇ, ਉਦੋਂ ਚੀਨ ਤਰੱਕੀ ਕਰ ਰਿਹਾ ਸੀ ਪਿਛਲੇ 1947 ਅਟੈਂਡ ਕਰੀਏ। ਸੋ ਤੁਸੀਂ ਆਸਟ੍ਰੇਲੀਆ ਤੋਂ ਬੈਠ ਕੇ ਰਵਿੰਦਰ ਸਿੰਘ ਕਾਲ ਕੀਤੀ ਹੈ ਤੇ ਬੜਾ ਤੁਹਾਨੂੰ ਚੰਗਾ ਲੱਗਿਆ, ਤੇ ਜਿਸ ਤਰੀਕੇ ਦੇ ਤੁਸੀਂ ਤਰਕ ਦੇ ਰਹੇ ਹੋ ਠੀਕ ਹੈ। ਸਾਡੇ ਦੇਸ਼ ਦੇ ਵਿੱਚ ਜੇਕਰ ਇੱਕ ਤ੍ਰਾਸਦੀ ਸਾਡੀ ਇਹੀ ਹੈ ਕਿ ਸਾਨੂੰ ਧਰਮਾਂ ਦੇ ਨਾਂ 'ਤੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ ਨੇ ਸਰਕਾਰਾਂ ਨੇ, ਬੜੀ ਸੋਚੀ ਸਮਝੀ ਸਾਜਿਸ਼ ਹੈ ਇਹ, ਸ਼ੁਰੂ ਤੋਂ ਹੀ ਰਾਜਨੀਤੀ ਜੋ ਚੱਲਦੀ ਆ ਰਹੀ ਹੈ, ਅਤੇ ਸਾਡੇ ਲੋਕਾਂ ਨੂੰ ਤਾਂ ਧਰਮਾਂ ਦੇ ਵਿੱਚ ਹੀ ਇਹਨਾਂ ਨੇ ਉਲਝਾ ਕੇ ਰੱਖ ਦਿੱਤਾ। ਸਾਡੇ ਦੇਸ਼ ਦੇ ਵਿੱਚ ਧਰਮ ਹੀ ਇੰਨੇ ਜ਼ਿਆਦਾ ਨੇ ਕਿ ਕੋਈ ਵੀ ਕੁਛ ਕਰ ਹੀ ਨਹੀਂ ਸਕਦਾ, ਅਤੇ ਕੋਈ ਵੀ ਘਟਨਾ ਹੋ ਜਾਂਦੀ ਹੈ ਤਾਂ ਉਹ ਸੁਭਾਵਿਕ ਹੈ ਕਿ ਕਿਸੇ ਨਾ ਕਿਸੇ ਧਰਮ ਦੇ ਨਾਲ ਜਾ ਕੇ ਜੁੜ ਜਾਂਦੀ ਹੈ, ਅਤੇ ਫਿਰ ਉਸਦੇ ਜਿਹੜੇ ਰਿਜ਼ਲਟ ਨੇ, ਸਿੱਟੇ ਨੇ, ਉਹ ਦੰਗਿਆਂ ਵਰਗੇ ਜਿਹੜੇ ਹਾਲਾਤ ਨੇ ਉਹ ਫਿਰ ਪੈਦਾ ਹੋ ਜਾਂਦੇ ਨੇ। ਇਹ ਬਿਲਕੁਲ ਸਹਿਮਤ ਹਾਂ ਰਵਿੰਦਰ ਸਿੰਘ ਜੀ ਮੈਂ ਤੁਹਾਡੀ ਗੱਲ ਦੇ ਨਾਲ, ਠੀਕ ਹੈ। ਜਦੋਂ ਅਸੀਂ ਧਰਮਾਂ ਦੇ ਚੱਕਰਾਂ ਦੇ ਵਿੱਚ ਉਲਝੇ ਹੋਏ ਹਾਂ ਅਤੇ ਚੀਨ, ਉੱਧਰ ਚੀਨ ਦੇ ਜਿਹੜੇ ਲੋਕ ਸੀ ਉਹ ਪੂਰੀ ਹੱਡ ਤੋੜਵੀਂ ਮਿਹਨਤ ਕਰ ਰਹੇ ਸੀ, ਇਹੀ ਕਾਰਨ ਹੈ ਕਿ ਚੀਨ ਅੱਜ ਸੁਪਰ ਪਾਵਰ ਅਮੈਰੀਕਾ ਨੂੰ ਖੜ ਕੇ ਟੱਕਰ ਦੇ ਰਿਹਾ ਅਤੇ ਸਾਡਾ ਇੰਡੀਆ ਬਹੁਤ ਜ਼ਿਆਦਾ ਚੀਨ ਨਾਲੋਂ ਪਿੱਛੇ ਰਹਿ ਗਿਆ। ਇਸ ਦੀ ਵਜ੍ਹਾ ਇਹ ਵੀ ਆ ਕਿ ਜਿਹੜੇ ਅਸੀਂ ਆ, ਸਾਡੇ ਦੇਸ਼ ਦੇ ਜਿਹੜੇ ਲੋਕ ਨੇ ਅਵੇਸਲੇ ਹੋ ਗਏ ਨੇ, ਅਸੀਂ ਕੰਮ ਕਰਨ ਤੋਂ ਨਿਕੰਮੇ ਹੋ ਗਏ ਹਾਂ। ਅਸੀਂ ਵੀ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ, ਕਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਜਾ ਕੇ ਸੜਕਾਂ 'ਤੇ ਲੁੱਕ ਵੀ ਪਾ ਲੈਣਗੇ, ਉਹ ਵੀ ਉਹਨਾਂ ਦੇ ਲਈ ਚੱਲੂਗਾ। ਪਰ ਇਹਨਾਂ ਦਾ ਉਹ ਵੀ ਇਹ ਤਰਕ ਸਹੀ ਹੈ ਕਿ ਦੇਸ਼ ਦੇ ਵਿੱਚ ਮਿਹਨਤਾਨਾ ਜਿਹੜਾ ਉਹ ਪੂਰਾ ਨਹੀਂ ਮਿਲਦਾ। ਇਹ ਵੀ ਜਿਹੜੇ ਨੌਜਵਾਨਾਂ ਦੀ ਗੱਲ ਦੇ ਨਾਲ ਸਾਨੂੰ ਸਹਿਮਤ ਹੋਣਾ ਪਊਗਾ। ਖੈਰ ਠੀਕ ਹੈ ਜੀ, ਅੱਜ ਦਾ ਜਿਹੜਾ ਸਾਡਾ ਸਫ਼ਰ ਆ ਉਹ ਇੱਥੇ ਹੀ ਫਿਲਹਾਲ ਸਮਾਪਤ ਹੁੰਦਾ ਕਿਉਂਕਿ ਸਮਾਂ ਤਕਰੀਬਨ ਪੂਰਾ ਹੋ ਚੁੱਕਿਆ। ਸੋ ਕੱਲ੍ਹ ਸਾਡਾ ਹਫ਼ਤੇ ਦਾ ਆਖਰੀ ਪ੍ਰੋਗਰਾਮ ਅਸੀਂ ਕੱਲ੍ਹ ਲੈ ਕੇ ਆਵਾਂਗੇ ਅਤੇ ਉਸ ਤੋਂ ਬਾਅਦ ਫਿਰ ਨਵੇਂ ਸਿਰੇ ਤੋਂ ਅਗਲੇ ਹਫ਼ਤੇ ਦੇ ਮੰਗਲਵਾਰ ਤੋਂ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਹੋਏਗੀ। ਸੋ ਕੱਲ੍ਹ ਇਸ ਹਫ਼ਤੇ ਦਾ ਲਾਸਟ ਪ੍ਰੋਗਰਾਮ 'ਤੇ ਇੱਕ ਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਤਦ ਤੱਕ ਦੇ ਲਈ ਧੰਨਵਾਦ, ਸ਼ੁਕਰੀਆ ਅਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।